न्यूज़ 22 के दर्शकों का स्वागत है। नहर विभाग की नाकामी उस वेले सामने आई जदों पिंड अवांखा के DAV स्कूल के नज़दीक नहर का पानी ओवरफ्लो होकर लोगों के घरों में जा वड़िया। लोगों नू सारी रात अपनी घर की छत उपर बैठ के कटनी पई। पानी का बहाव इन्ना ज़्यादा सी कि घर की कंध भी डिग पई। लोगों ने प्रशासन तो मंग की है कि जो उन्हां दा नुकसान होया है उसका मुआवजा दिता जाए और नहरी विभाग के कर्मचारियों उत्ते विभागी कार्रवाई की जाए। देखो न्यूज़ 22 की रिपोर्ट। ਬੈਗ ਦੇ ਭਾਅ ਵੱਲੋਂ ਪਾਣੀ ਜ਼ਿਆਦਾ ਛੱਡਣ ਨਾਲ ਮੇਰੇ ਘਰ ਦਾ ਨੁਕਸਾਨ ਬਹੁਤ ਹੋਇਆ ਵਾ, ਜਿਸ ਕਰਕੇ ਮੈਂ ਰਾਤੀ 1 ਵਜੇ ਵੀ ਫੋਨ ਕੀਤਾ, ਕੋਈ ਕਰਮਚਾਰੀ ਇੱਥੇ ਨਹੀਂ ਆਇਆ। ਉਸ ਤੋਂ ਬਾਅਦ ਸਵੇਰੇ 6 ਵਜੇ ਕਰੀਬ ਸੀਤ ਰਾਮ ਝੰਡੇ ਚੱਕ ਤੋਂ ਜਿਨ੍ਹਾਂ ਦੀ ਡਿਊਟੀ ਸੀ ਉਹ ਵੀ ਆਏ ਇੱਥੇ। ਉਹਨਾਂ ਨੂੰ ਮੈਂ ਆਵਾਜ਼ ਵੀ ਦਿੱਤੀ ਅਤੇ ਉਹ ਘਰ ਨਹੀਂ ਆਏ। ਉਹ ਕਹਿੰਦੇ ਵੀ ਮੈਂ ਸੂਆ ਬੰਦ ਕਰਨ ਚੱਲਿਆ। ਉਸ ਤੋਂ ਬਾਅਦ 7:30 ਵਜੇ ਫਿਰ ਫੋਨ ਕੀਤਾ ਉਹਨਾਂ ਨੂੰ, ਉਹ ਕਹਿੰਦੇ ਵੀ ਮੈਂ ਆ ਰਿਹਾ। ਉਹ ਇੱਥੇ ਤੱਕ ਨਹੀਂ ਪੁੱਜੇ। ਉਹਨਾਂ ਨੇ ਮੇਰੇ ਲੱਖ ਲੱਖ ਪਾਣੀ ਔਰ ਮੇਰੇ ਬੱਚੇ ਅਤੇ ਮੈਂ ਰਾਤ ਕੋਠੇ 'ਤੇ ਬਹਿ ਕੇ ਕੱਟੀ ਆ। ਮੇਰੇ ਘਰ ਦਾ ਬਹੁਤ ਨੁਕਸਾਨ ਹੋਇਆ ਵਾ, ਇਸ ਕਰਕੇ ਮੇਰੇ ਸਾਰਾ ਲੀੜਾ ਕੱਪੜਾ ਭਾਂਡੇ ਸਭ ਕੁਛ ਰੁੜ ਚੁੱਕੇ ਨੇ। ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਕਿ ਜੋ ਵੀ ਮੇਰਾ ਨੁਕਸਾਨ ਹੋਇਆ ਉਹ ਭਰਿਆ ਜਾਏ, ਤਾਂ ਜੋ ਕਿ ਇਹੋ ਜਿਹੀ ਨਕੈਲੀ ਹੋਰ ਕਿਸੇ ਨਾਲ ਨਾ ਹੋਵੇ। ਆਪਣੀ ਪਲਾਟ ਦੀ ਕੰਧ 'ਤੇ ਪਾਣੀ ਪੈ ਗਿਆ, ਸੂਏ ਵਿਭਾਗ ਦਾ ਸਾਰਾ ਇਹਨਾਂ ਪਾਣੀ ਓਵਰਫਲੋ ਛੱਡਿਆ ਅਤੇ ਪਾਣੀ ਜ਼ਿਆਦਾ ਵਧਣ ਕਰਕੇ ਸਾਡੇ ਨੁਕਸਾਨ ਹੋ ਗਿਆ ਜੀ। ਅਤੇ ਸਾਨੂੰ ਕੋਈ ਨਾ ਕੋਈ ਦਾ ਮੁਆਵਜ਼ਾ ਜਿਹੜਾ ਕੀਤਾ ਜਾਏ, ਕਿਉਂਕਿ ਕੰਧ ਕਢਾਉਣੀ ਦਿਹਾੜੀਦਾਰ ਬੰਦੇ ਹੈਗੇ ਜੀ, ਅਤੇ ਸਾਨੂੰ ਮਤਲਬ ਇਹਦਾ ਕੋਈ ਨਾ ਕੋਈ ਮਿਲਣਾ ਚਾਹੀਦਾ ਜੀ। ਹਾਂਜੀ ਹਾਂਜੀ ਨਾ ਫਿਰ ਰਾਤ ਮਤਲਬ ਪਾਣੀ ਸਾਡੇ ਘਰਾਂ 'ਚ ਵੀ ਜਾ ਵੜਿਆ, ਪਾਣੀ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਫਿਰ ਸਾਨੂੰ ਕੋਠੇ ਦੇ ਉੱਪਰ ਸੌਣਾ ਪੈ ਗਿਆ। ਰਾਤ ਬਹਿ ਕੇ ਕੱਢਣੀ ਪਈ ਹੈ।